सचकल दर्शकों, मैं अमृता मैदान ते लेके हाजिर हां प्रोग्राम रूबरू। दर्शकों, इस प्रोग्राम विच असी हर बार थोड़ी मुलाकात करवाना है एक खास शख्सियत दे नाल। ते जिस खास शख्सियत दे नाल अज मैं तुहानू मिलवाण लगी हां, ओह ने जी शॉर्ट पंजाबी मूवी वन डे दे एक्टर जोगिंदर सिंह ढिल्लों जी। जोगिंदर सिंह जी, तुहाडा साडे स्टूडियो विच बहुत बहुत स्वागत है। सत श्री अकाल जी। दर्शकों, मैं तुहानू इत्थे दसना चाहुंदी हां कि जोगिंदर सिंह जी ना तां केवल इक एक्टर ने, उस दे नाल नाल इह इंडिया दे जिमनास्टिक प्लेयर भी ने, नैशनल लेवल ते ओह वी, भंगड़ा प्लेयर भी ने, ते इन्हां ने बहुत सारी किताबां भी लिखियां ने। ते आओ फिर गल्लबात दा सिलसिला शुरू करदे हां जोगिंदर सिंह ढिल्लों जी दे नाल। सर, साडे दर्शकां नूं पहले अपनी फैमिली बारे दसो प्लीज। साडी फैमिली दी बैकग्राउंड पुलिस दी है जी। ते मेरी अपनी फैमिली दे विच वाइफ है, तीन बच्चे ने, असीं कनेडा विच सैटल हां जी। सर, जिहड़ी पंजाबी मूवी दी गल असीं कर रहे हां वन डे, इह तुहानूं कित्थों ख्याल आया, किस तरह दी इहदी स्टोरी है, इहनां दे कास्ट बारे सानूं दसो। ਇਹ ਖਿਆਲ ਸਾਨੂੰ ਇਹਦਾ ਇਸੇ ਕਰਕੇ ਆਇਆ ਕਿ ਜਿਹੜੇ ਸਾਡੇ ਇਹਨਾਂ ਦੇ ਰਾਈਟਰ ਨੇ ਬੌਬੀ ਚੱਜ ਜੀ, ਉਹ ਕਾਫੀ ਇਮੋਸ਼ਨਲ ਆਦਮੀ ਨੇ, ਅਤੇ ਉਹਨਾਂ ਨੇ ਜਦੋਂ ਬਜ਼ੁਰਗਾਂ ਦਾ ਹਾਲ ਦੇਖਿਆ ਵੀ ਇਹਨਾਂ ਦੇ ਬੱਚੇ ਬਜ਼ੁਰਗਾਂ ਨੂੰ ਨਹੀਂ ਸਾਂਭਦੇ, ਇੱਦਾਂ ਦੀਆਂ ਕਈ ਸਟੋਰੀਆਂ ਉਹਨਾਂ ਦੇ ਸਾਹਮਣੇ ਆਈਆਂ, ਫਿਰ ਉਹਨਾਂ ਨੇ ਇਹ ਸਟੋਰੀ ਲਿਖੀ ਵੀ ਜਿਹੜੇ ਬੱਚੇ ਨੇ ਉਹ ਬਜ਼ੁਰਗਾਂ ਦਾ ਧਿਆਨ, ਆਪਣੇ ਮਾਂ ਪਿਓ ਦਾ ਧਿਆਨ ਨਹੀਂ ਰੱਖਦੇ। ਕਿਉਂ ਨਹੀਂ ਰੱਖਦੇ? ਇਹਨਾਂ ਗੱਲਾਂ 'ਤੇ ਡਿਪੈਂਡ ਹੈ ਸਾਰੀ ਮੂਵੀ। ਇਸ ਮੂਵੀ ਦੇ ਕਾਸਟ ਬਾਰੇ ਕੀ ਕਹਿਣਾ ਚਾਹੋਗੇ? ਇਸ ਮੂਵੀ ਦੀ ਕਾਸਟ ਜਦੋਂ ਉਹਨਾਂ ਨੇ ਫੀਲ ਕੀਤਾ, ਜਦੋਂ ਸਟੋਰੀ ਅਸੀਂ ਪੜ੍ਹੀ, ਅਤੇ ਉਹਨਾਂ ਨੇ ਸਾਰਿਆਂ ਤੋਂ ਪਹਿਲਾਂ ਮੈਨੂੰ ਆਖਿਆ ਵੀ ਜਿਹੜਾ ਮੇਨ ਕਰੈਕਟਰ ਹੈ ਤੁਸੀਂ ਕਰੋਗੇ, ਇੱਕ ਬਜ਼ੁਰਗ ਦਾ। ਠੀਕ ਹੈ। ਅਤੇ ਬਾਕੀ ਅਸੀਂ ਉੱਥੋਂ ਦੇ ਜਿਹੜੇ ਸਾਡੇ ਲੋਕਲ ਆਰਟਿਸਟ ਸੀਗੇ ਆਪਣੇ, ਉਹਨਾਂ ਨੂੰ ਨਾਲ ਲਿਆ, ਅਤੇ ਕੁਛ ਆਰਟਿਸਟ ਅਸੀਂ ਜਿਹੜੇ ਸੀਨੀਅਰ ਹੋਮਸ ਤੋਂ ਹੀ ਲਏ ਜੀ। ਸੋ ਇਹ ਇੱਕ ਇੱਕ ਉਸ ਬਜ਼ੁਰਗ ਦੀ ਕਹਾਣੀ ਆ, ਜਿਹੜਾ ਸਨ ਹੈ ਉਹ ਕਨੇਡਾ ਵਿੱਚ ਹੈ। ਉਹ ਇਹਨਾਂ ਨੂੰ ਕਹਿੰਦਾ ਕਿ ਤੁਸੀਂ ਆਪਣਾ ਘਰ ਅਤੇ ਜ਼ਮੀਨ ਵੇਚ ਕੇ ਸਾਡੇ ਕੋਲ ਆ ਜਾਓ, ਅਸੀਂ ਤੁਹਾਡਾ ਜ਼ਿਆਦਾ ਖਿਆਲ ਰੱਖਾਂਗੇ, ਕਿਉਂਕਿ ਇਸ ਬਜ਼ੁਰਗ ਦੀ ਵਾਈਫ ਜਿਹੜੀ ਹੈ ਉਹ ਨਹੀਂ ਹੁੰਦੀ, ਇਹ ਇਕੱਲਾ ਹੁੰਦਾ ਇੱਥੇ। ਉਹ ਵੀ ਇੱਥੋਂ ਸਾਰਾ ਕੁਝ ਵੇਚ ਕੇ ਉੱਥੇ ਚੱਲ ਜਾਂਦਾ। ਉੱਥੇ ਜਾ ਕੇ ਜਦੋਂ ਇਹਨਾਂ ਦਾ ਬੇਟਾ, ਇਹਨਾਂ ਦਾ ਮਨੀ ਜਦੋਂ ਸਾਰਾ ਪੈਸਾ ਯੂਜ਼ ਕਰ ਲੈਂਦਾ, ਬਾਅਦ ਵਿੱਚ ਉਹਨਾਂ ਨੂੰ ਸੀਨੀਅਰ ਹੋਮ 'ਚ ਭੇਜ ਦਿੰਦਾ, ਜਿਨ੍ਹਾਂ ਨੂੰ ਆਪਾਂ ਇੱਥੇ ਇੰਡੀਆ 'ਚ ਬਿਰਧ ਆਸ਼ਰਮ ਕਹਿੰਦੇ ਹਾਂ। ਹਾਂਜੀ। ਅਤੇ ਹੁਣ ਉੱਥੇ ਉਹਦਾ ਜੀ ਨਹੀਂ ਲੱਗਦਾ। ਹੁਣ ਇਸੇ 'ਤੇ ਸਟੋਰੀ ਡਿਪੈਂਡ ਕਰਦੀ ਆ। ਹੁਣ ਪਹਿਲਾਂ ਅਸੀਂ ਇਹਦਾ ਨਾਂ ਰੱਖਿਆ ਸੀ ਫਾਦਰਸ ਡੇ, ਪਰ ਫਾਦਰਸ ਡੇ ਨਾਲੋਂ ਉਹਦੇ ਵਿੱਚ ਕੁਛ ਇੱਕ ਡਾਇਲੋਗ ਆਉਂਦੇ ਆ ਵੀ 365 ਦਿਨਾਂ ਦੇ ਵਿੱਚੋਂ 364 ਦਿਨ ਪਤਾ ਨਹੀਂ ਕਿੱਥੇ ਜਾਂਦੇ ਆ, ਸਾਡੇ ਹਿੱਸੇ 'ਤੇ ਬਸ ਇੱਕੋ ਹੀ ਦਿਨ ਆਉਂਦਾ, ਫਾਦਰਸ ਡੇ। ਅੱਜ ਕੱਲ੍ਹ ਦੇ ਬੱਚੇ ਕਹਿੰਦੇ ਆ ਫਾਦਰਸ ਡੇ ਹੀ ਚੇਤੇ ਰੱਖਦੇ ਆ, ਫਾਦਰ ਨੂੰ ਤਾਂ ਕਦੋਂ ਦਾ ਭੁੱਲ ਚੁੱਕੇ ਨੇ। ਇਸ ਕਰਕੇ ਅਸੀਂ ਇਹਦਾ ਨਾਂ ਚੇਂਜ ਕਰਕੇ ਵਨ ਡੇ ਰੱਖ ਦਿੱਤਾ। ਪਰ ਇਹਦੇ ਵਿੱਚ ਬੌਬੀ ਚਾਜੀ ਨੇ ਬਹੁਤ ਸੋਹਣੀ ਡਾਇਰੈਕਸ਼ਨ ਦਿੱਤੀ ਆ, ਬਹੁਤ ਸੋਹਣੀ ਸਟੋਰੀ ਅਤੇ ਡਾਇਲੋਗ ਵੀ ਬਹੁਤ ਵਧੀਆ ਲਿਖੇ ਨੇ। ਪਰ ਇਹਨਾਂ ਤੋਂ ਵੀ ਅੱਗੇ ਸਾਡੇ ਜਿਹੜੇ ਨੇ ਰਾਜੂ ਪੰਡਾਲ, ਉਹਨਾਂ ਦਾ ਅਸਲੀ ਨਾਮ ਲਿਖਿਆ ਨਵਦੀਪ ਪੰਡਾਲ ਆ ਮੇਰੇ ਖਿਆਲ 'ਚ, ਸ਼ੋਰ ਨਹੀਂ, ਪਰ ਨਿਕਨੇਮ ਉਹਨਾਂ ਦਾ ਰਾਜੂ ਪੰਡਾਲ ਆ। ਉਹਨਾਂ ਨੇ ਆਪਣਾ ਕੈਮਰਾ ਦਾ ਕੰਮ ਕੀਤਾ, ਕੈਮਰਾਮੈਨ ਦਾ, ਮਿਊਜ਼ਿਕ ਵੀ ਉਹਨਾਂ ਨੇ ਦਿੱਤਾ, ਅਤੇ ਉਹਨਾਂ ਨੇ ਡਬਿੰਗ ਵੀ ਬੜੀ ਵਧੀਆ ਕੀਤੀ। ਅਸੀਂ ਸਾਰੇ ਨੇ ਇਹ ਗੱਲ ਫੀਲ ਕੀਤੀ ਵੀ ਜੇ ਰਾਜੂ ਪੰਡਾਲ ਸਾਡੇ ਨਾਲ ਇੰਨਾ ਹਾਰਡਵਰਕ ਨਾ ਕਰਦਾ ਤਾਂ ਸ਼ਾਇਦ ਅਸੀਂ ਇਹ ਮੂਵੀ ਪੂਰੀ ਨਾ ਕਰ ਸਕਦੇ। ਅਤੇ ਉਸ ਤੋਂ ਬਾਅਦ ਆ ਕੇ ਸਾਡੇ ਭਾਈ ਸਾਹਿਬ ਦਵਿੰਦਰ ਪਾਲ ਭਾਈ ਸਾਹਿਬ, ਉਹਨਾਂ ਨੇ ਸ਼ਾਸਤਰੀ ਸੰਗੀਤ ਦੀ PhD ਕੀਤੀ ਹੈ, ਬਹੁਤ ਮਾਰਦੇ ਸ਼ਾਸਤਰੀ ਸੰਗੀਤ ਵਿੱਚ। ਉਹਨਾਂ ਨੇ ਜਿਹੜੇ 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 ਸੀਰੀਅਸ ਰੋਲ ਨੇ ਨਾ, ਜਿਹੜੇ ਇਮੋਸ਼ਨਲ ਰੋਲ ਨੇ ਇਹਦੇ 'ਚ, ਉਹਨਾਂ ਦੇ ਪਿੱਛੇ ਅਲਾਪ ਇੰਨੇ ਵਧੀਆ ਲਾਏ ਨੇ ਕਿ ਇਸ ਮੂਵੀ ਦਾ ਉਹਨਾਂ ਨੇ ਸਟੈਂਡਰਡ ਜਿਹੜਾ ਹੋਰ ਹਾਈ ਕਰ ਦਿੱਤਾ। ਉਹਨਾਂ ਨੇ ਮਿਊਜ਼ਿਕ ਵੀ ਬੜਾ ਵਧੀਆ ਦਿੱਤਾ, ਪਰ ਉਹਨਾਂ ਦੀ ਪਾਰਟੀਸਪੇਸ਼ਨ ਨੇ ਇਸ ਮੂਵੀ ਨੂੰ, ਸਮਝ ਲਓ ਵੀ ਜਿੱਦਾਂ ਇੱਕ ਸਲਾਬੀ ਚੀਜ਼ ਹੁੰਦੀ ਹੈ ਨਾ, ਹੁਣ ਐਂ ਵਧੀਆ ਕਰਕੇ ਰੱਖ। ਸਰ, ਇਹ ਜਿਹੜੀ ਪੰਜਾਬੀ ਮੂਵੀ ਹੈ, ਇੱਕ 10 ਮਿੰਟਸ ਦੀ ਸ਼ਾਰਟ ਸਟੋਰੀ ਹੈ, ਸ਼ਾਰਟ ਮੂਵੀ ਹੈ ਜੀ, ਤੇ ਇਹਨੂੰ ਕੈਨੇਡਾ 'ਚ ਤੁਸੀਂ ਰਿਲੀਜ਼ ਕੀਤਾ, ਇਹਨੂੰ ਤੁਹਾਨੂੰ ਕਿੱਦਾਂ ਦਾ ਰਿਸਪੌਂਸ ਮਿਲਿਆ? ਸਾਡੀ ਅਸਲ 'ਚ ਪਹਿਲੀ ਮੂਵੀ ਸੀ ਸ਼ਾਰਟ ਮੂਵੀ ਜੀ, ਬਹੁਤ ਵਧੀਆ ਰਿਸਪੌਂਸ ਮਿਲਿਆ। ਜਿੰਨੇ ਵੀ BC ਦੇ ਸੀਨੀਅਰ ਹੋਮ ਨੇ ਨਾ, ਉਹਨਾਂ ਨੇ ਆਪਣੇ ਆਪ ਜਿੱਥੋਂ ਤੱਕ ਪਹੁੰਚ ਉਹਨਾਂ ਦੀ ਸੀਗੀ, ਉਹਨਾਂ ਨੇ ਆਪਣੇ ਆਪਣੇ ਸੀਨੀਅਰ ਹੋਮ 'ਚ ਦਿਖਾਈ। ਹੋਰ ਸ਼ਹਿਰਾਂ ਦੇ ਵਿੱਚ ਜਿੰਨੇ ਸੀਨੀਅਰ ਹੋਮ ਨੇ ਉਹਨੂੰ ਇਕੱਠਿਆਂ ਕਰਕੇ ਫਿਰ ਉਹਨਾਂ ਨੂੰ ਇਹ ਮੂਵੀ ਦਿਖਾਈ ਗਈ। ਈਵਨ ਉੱਥੋਂ ਦੀ ਇੱਕ ਯੂਨੀਵਰਸਿਟੀ ਬੜੀ ਵੱਡੀ ਆ, UBC, ਉਹਨਾਂ ਨੇ ਵੀ ਇਸ ਫਿਲਮ ਨੂੰ ਅਕਸੈਪਟ ਕੀਤਾ, ਉਹਨਾਂ ਮੁੰਡੇ ਕੁੜੀਆਂ ਨੂੰ ਦਿਖਾਉਣ ਵਾਸਤੇ ਜਿਹੜੇ ਸੀਨੀਅਰ ਨਾਲ ਕੰਮ ਕਰਦੇ ਨੇ, ਸੀਨੀਅਰ ਹੋਮ ਵਿੱਚ ਕੰਮ ਕਰਦੇ ਨੇ ਜਾਂ ਹੋਸਪਿਟਲਾਂ 'ਚ ਕੰਮ ਕਰਦੇ ਨੇ, ਜਿਨ੍ਹਾਂ ਨੇ ਸੀਨੀਅਰ ਨਾਲ ਬਜ਼ੁਰਗਾਂ ਨਾਲ ਜਾ ਕੇ ਕੰਮ ਕਰਦਾ, ਉਹਨਾਂ ਨੂੰ ਇਹ ਮੂਵੀ ਉਹਨਾਂ ਨੇ ਸਪੈਸ਼ਲ ਤੌਰ 'ਤੇ ਦਿਖਾਈ।
ਵੀ ਉਹਨਾਂ ਨੂੰ ਪਤਾ ਲੱਗੇ ਕਿ ਇਹ ਬਜ਼ੁਰਗਾਂ ਦੀ ਵਿੱਚੋਂ ਕੀ ਹਾਲਤ ਆ ਜੀ ਉਹਨਾਂ ਦੀ ਬਾਹਰਲੀ ਸਿਚੁਏਸ਼ਨ ਨਾਲ ਨਹੀਂ ਤੁਸੀਂ ਵਰਤਣਾ ਟ੍ਰਾਈ ਟੂ ਬੀ ਅੰਡਰਸਟੈਂਡ ਦ ਇਨਰ ਸਾਈਡ ਆਫ ਦਿਸ ਮਤਲਬ ਤੁਹਾਨੂੰ ਬਹੁਤ ਹੀ ਵਧੀਆ ਰਿਸਪੌਂਸ ਮਿਲਿਆ ਇਸ ਬਹੁਤ ਵਧੀਆ ਰਿਸਪੌਂਸ ਮਿਲਿਆ ਬਹੁਤ ਵਧੀਆ ਰਿਸਪੌਂਸ ਮਿਲਿਆ ਤੇ ਇਸੇ ਫਿਲਮ ਦੇ ਰਿਸਪੌਂਸ ਨੇ ਜੀ ਸਾਨੂੰ ਹੋਰ ਅੱਗੇ ਵਧਣ ਦਾ ਹੌਸਲਾ ਦਿੱਤਾ ਜਿਹੜੀ ਕਿ ਅਸੀਂ ਹੁਣੇ ਮੂਵੀ ਬਣਾਈ ਹੈ ਗਿਲਾ ਅੱਛਾ ਜੀ ਉਹ ਸਿਰਫ ਅਸੀਂ ਸਾਨੂੰ ਇਹਦੇ ਰਿਸਪੌਂਸ ਨੇ ਹੌਸਲਾ ਇੰਨਾ ਕੁ ਦਿੱਤਾ ਕਿ ਅਸੀਂ ਗਾਂ ਵਧੀਏ ਸਰ ਜਿੱਦਾਂ ਅਸੀਂ ਗੱਲ ਕੀਤੀ ਕਿ ਤੁਸੀਂ ਜਿਮਨਾਸਟਿਕਸ ਦੇ ਵੀ ਇੰਡੀਆ ਦੇ ਨੈਸ਼ਨਲ ਪਲੇਅਰ ਰਹੇ ਨੈਸ਼ਨਲ ਚੈਂਪੀਅਨ ਬਿਲਕੁਲ ਤੇ ਸਪੋਰਟਸ ਦੇ ਨਾਲ ਆਰਟ ਫੀਲਡ ਵਿੱਚ ਕਿੱਦਾਂ ਬਣਿਆ ਇਸ ਵਕਤ ਅਸਲ 'ਚ ਇੱਦਾਂ ਸੀਗਾ ਵੀ ਚਲੋ ਸਪੋਰਟਸ ਦਾ ਤਾਂ ਜਿਹੜਾ ਆਪਾਂ ਆਮ ਤੌਰ 'ਤੇ ਸੋਚੀਦਾ ਵੀ ਸਪੋਰਟਸ ਦਾ ਖੇਡਾਂ ਦਾ ਅਤੇ ਜਿਹੜਾ ਇੰਟਰਟੇਨਮੈਂਟ ਆ ਇਹ ਫੀਲਡ ਦੋਵੇਂ ਅੱਡ ਅੱਡ ਨੇ ਅੱਡ ਅੱਡ ਹੀ ਨੇ ਹਾਂਜੀ ਪਰ ਪਤਾ ਨਹੀਂ ਕਿਉਂ ਸਕੂਲ ਦੇ ਵਿੱਚ ਜਦੋਂ ਕੋਈ ਡਰਾਮਾ ਹੋਣਾ ਉੱਥੇ ਹੀ ਮੈਂ ਹਿੱਸਾ ਲੈਣਾ ਜਦੋਂ ਖੇਡਾਂ ਹੋਣੀਆਂ ਦੌੜਾਂ ਹੋਣੀਆਂ ਉਹਦੇ 'ਚ ਮੈਂ ਹਿੱਸਾ ਲੈਣਾ ਸੋ ਇਹ ਦੋਵੇਂ ਚੀਜ਼ਾਂ ਮੇਰੀਆਂ ਸਪੋਰਟਸ ਅਤੇ ਇੰਟਰਟੇਨਮੈਂਟ ਸਟੇਜ ਸਪੋਰਟਸ ਅਤੇ ਸਟੇਜ ਇਹ ਦੋਵੇਂ ਮੇਰੇ ਇਕੱਠੇ ਨਾਲ ਨਾਲ ਹੀ ਚੱਲਦੇ ਰਹੇ ਬਚਪਨ ਤੋਂ ਹੀ ਮੈਂ ਜਿਮਨਾਸਟਿਕ 'ਤੇ ਮੈਂ ਸ਼ੁਰੂ ਕੀਤੀ ਨੌਵੀਂ ਕਲਾਸ 'ਚ ਆ ਕੇ ਅਤੇ ਮੇਰੇ ਖਿਆਲ 'ਚ ਮੈਂ ਉਸ ਵੇਲੇ ਗਿਆਰਵੀਂ ਕਲਾਸ ਸੀਗਾ ਜਦੋਂ ਮੈਂ ਨੈਸ਼ਨਲ ਚੈਂਪੀਅਨ ਹੋ ਗਿਆ ਸੀ ਹਾਂਜੀ ਅਤੇ ਇਹ ਭੰਗੜੇ ਦਾ ਮੈਨੂੰ ਬਹੁਤ ਸ਼ੌਕ ਸੀ ਜਿਮਨਾਸਟਿਕ ਦਾ ਕਰਕੇ ਅਸਲ 'ਚ ਮੈਂ ਭੰਗੜਾ ਸਿੱਖਿਆ ਜਿਹੜੀਆਂ ਵੱਡੀਆਂ ਟੀਮਾਂ ਭੰਗੜੇ ਦੀਆਂ ਹੁੰਦੀਆਂ ਸੀ ਨਾ ਉਹ ਮੈਨੂੰ ਪੁੱਠੀਆਂ ਬਾਜ਼ੀਆਂ ਮਾਰਨ ਵਾਸਤੇ ਭੰਗੜੇ 'ਚ ਲੈ ਜਾਂਦੀ ਸੀ ਅਤੇ ਜਦੋਂ ਮੇਰੀ ਪੁੱਠੀਆਂ ਬਾਜ਼ੀਆਂ ਮਾਰ ਕੇ ਮੈਂ ਵੱਜ ਜਾਂਦੀ ਫਿਰ ਮੈਨੂੰ ਉਹਨੇ ਬਾਹਰ ਕੱਢ ਦੇਣਾ ਫਿਰ ਮੈਂ ਉਹਨੂੰ ਆਖਿਆ ਵੀ ਨਹੀਂ ਤੁਸੀਂ ਮੈਨੂੰ ਭੰਗੜਾ ਵੀ ਸਿਖਾਓ ਤੋ ਬੋਡੀ 'ਚ ਰਿਦਮ ਹੋਣ ਕਰਕੇ ਬੋਡੀ ਫਿੱਟ ਹੋਣ ਕਰਕੇ ਮੈਂ ਵਿਦ ਇਨ 6 ਮੰਥ ਮਤਲਬ ਉਹਨਾਂ ਦੀ ਟੀਮ ਦਾ ਮੈਂਬਰ ਸੀ ਸੋ ਇਹ ਦੋਵੇਂ ਚੀਜ਼ਾਂ ਮੇਰੀਆਂ ਨਾਲ ਦੇ ਨਾਲ ਚੱਲਦੀਆਂ ਇਕੱਠੇ ਚੱਲੀਆਂ ਸਰ ਜੇ ਮੈਂ ਪੁੱਛਾਂ ਕਿ ਸਪੋਰਟਸ ਨੂੰ ਜ਼ਿਆਦਾ ਪ੍ਰੈਫਰੈਂਸ ਦਿੰਦੇ ਹੋ ਜਾਂ ਆਰਟ ਨੂੰ ਤਾਂ ਕੀ ਕਹੋਗੇ ਫਿਰ ਨਹੀਂ ਜੇ ਤੁਸੀਂ ਇਹ ਕਹੋ ਨਾ ਵੀ ਆਹ ਦੋ ਚੈਂਪੀਅਨ ਖੜ੍ਹੇ ਨੇ ਅਤੇ ਉਹਨਾਂ 'ਚੋਂ ਇੱਕ ਨੂੰ ਚੂਜ਼ ਕਰੋ ਅਤੇ ਉਹ ਬਹੁਤ ਮੁਸ਼ਕਲ ਹੋ ਜਾਵੇ ਮੇਰਾ ਦੋਵਾਂ ਬਗੈਰ ਹੀ ਨਹੀਂ ਗੁਜ਼ਾਰਾ ਜੇ ਮੈਂ ਹੁਣ ਮੈਂ ਜਸਟ ਅਬਾਊਟ 70 ਸਾਲਾਂ ਦਾ ਹੋਣ ਲੱਗਾ ਅਤੇ ਜੇ ਹੁਣ ਵੀ ਮੈਂ ਸਵੇਰੇ ਐਕਸਰਸਾਈਜ਼ ਨਹੀਂ ਕਰਦਾ ਨਾ ਜੇ ਮੈਂ ਹੈਂਡ ਸਟੈਂਡ ਜਾਂ ਕਾਰਟ ਵੀਲ ਜਾਂ ਕੁਛ ਮੈਂ ਨਹੀਂ ਕਰਦਾ ਮੇਰਾ ਗੁਜ਼ਾਰਾ ਨਹੀਂ ਅਤੇ ਜੇ ਮੈਂ ਕੋਈ ਵੀ ਡਾਂਸ ਕੰਪੀਟੀਸ਼ਨ ਆ ਜਾਂ ਕੋਈ ਸਟੇਜ ਦਾ ਪ੍ਰੋਗਰਾਮ ਆ ਜਾਂ ਕੋਈ ਡਰਾਮਾ ਆ ਜੇ ਮੈਂ ਉੱਥੇ ਹਿੱਸਾ ਨਹੀਂ ਲੈਂਦਾ ਤਾਂ ਮੈਂ ਫੀਲ ਕਰਦਾ ਆਈ ਐਮ ਮਿਸਿੰਗ ਸਮਥਿੰਗ ਦਰਸ਼ਕੋ ਮੈਂ ਇੱਥੇ ਦੱਸਣਾ ਚਾਹਾਂਗੀ ਕਿ ਜੋਗਿੰਦਰ ਸਿੰਘ ਢਿੱਲੋਂ ਜੀ ਨੇ ਕਾਬੁਲ ਤੋਂ ਇੰਗਲੈਂਡ ਦੀ ਸਵਾਰੀ ਸਾਈਕਲ 'ਤੇ ਕੀਤੀ ਸੀ ਅਤੇ ਆਓ ਜਾਣਦੇ ਹਾਂ ਇਸ ਬਾਰੇ ਵੀ ਕੁਛ ਸਰ ਇਸ ਬਾਰੇ ਦੱਸੋ ਬਚਪਨ ਤਾਂ ਸੀ ਉਸ ਵੇਲੇ ਡਰ ਨਹੀਂ ਸੀ ਆਉਂਦਾ ਹੁੰਦਾ ਜੀ ਸਕੂਲ ਦੇ ਟਾਈਮ 'ਚ ਜਿਸ ਤਰ੍ਹਾਂ ਕਰਨਾਲੋਂ ਜਲੰਧਰ ਸਾਈਕਲ 'ਤੇ ਜਾਣਾ ਮੇਰੇ ਵਾਸਤੇ ਕੋਈ ਵੱਡੀ ਗੱਲ ਨਹੀਂ ਸੀ ਜਲੰਧਰ ਤੋਂ ਸ਼ਿਮਲੇ ਸਾਈਕਲ 'ਤੇ ਜਾਣਾ ਮੇਰੇ ਵਾਸਤੇ ਕੋਈ ਵੱਡੀ ਗੱਲ ਨਹੀਂ ਸੀ ਅਤੇ ਇਸੇ ਤਰ੍ਹਾਂ ਹੀ ਕੋਈ ਪ੍ਰੋਗਰਾਮ ਇਸ ਤਰ੍ਹਾਂ ਦਾ ਬਣ ਗਿਆ ਉਹਨਾਂ ਦਿਨਾਂ ਦੇ ਵਿੱਚ ਕਿ ਅੱਜ ਵੀ ਜਿੱਦਾਂ ਹਰ ਇੱਕ ਬਾਹਰ ਜਾਣਾ ਚਾਹੁੰਦਾ ਉਹ ਤਾਂ ਮੈਂ ਵੀ ਜਾਣਾ ਚਾਹੁੰਦਾ ਸੀ ਅਤੇ ਅੱਜ ਕੱਲ੍ਹ ਜਿੱਦਾਂ ਕਨੇਡਾ ਅਮਰੀਕਾ ਅਤੇ ਆਸਟ੍ਰੇਲੀਆ ਦਾ ਲੋਕਾਂ ਨੂੰ ਹੈ ਵੀ ਅਸੀਂ ਉੱਥੇ ਜਾਈਏ ਉਹਨਾਂ ਦਿਨਾਂ ਵਿੱਚ ਇੰਗਲੈਂਡ ਦਾ ਸੀ ਅਤੇ ਇੰਗਲੈਂਡ ਦੇ ਵਿੱਚ ਵੀ ਉਹਨਾਂ ਦਿਨਾਂ 'ਚ ਉਹਨਾਂ ਨੇ ਬੰਦ ਕਰ ਦਿੱਤਾ ਵੀ ਹੁਣ ਤੁਸੀਂ ਕਿਸੇ ਵੀ ਰੀਜ਼ਨ ਕਰਕੇ ਈਵਨ ਸ਼ਾਦੀ ਵਾਸਤੇ ਵੀ ਤੁਸੀਂ ਇੰਗਲੈਂਡ ਆ ਨਹੀਂ ਸਕਦੇ 70, 71, 72 ਦੇ ਵਿੱਚ ਉਹਨਾਂ ਨੇ ਲਾ ਬਣਾਤਾ ਸੀ ਅਤੇ ਮੈਨੂੰ ਫਿਰ ਕਿਸੇ ਨੇ ਦੱਸ ਦਿੱਤਾ ਵੀ ਜੇ ਤੁਸੀਂ ਸੱਚੇ ਟੂਰਿਸਟ ਆ ਨਾ ਅਤੇ ਦੁਨੀਆਂ ਦਾ ਕੋਈ ਵੀ ਮੁਲਕ ਤੁਹਾਨੂੰ ਉਸ ਮੁਲਕ 'ਚ ਐਂਟਰ ਹੋਣ ਨੂੰ ਨਹੀਂ ਰੋਕ ਸਕਦਾ ਜੇ ਤੁਸੀਂ ਸੱਚੇ ਟੂਰਿਸਟ ਆ ਅਤੇ ਮੇਰੇ ਦਿਮਾਗ 'ਚ ਇਹ ਗੱਲ ਆ ਗਈ ਵੀ ਜਦੋਂ ਮੈਂ ਇੰਨੇ ਕੰਟਰੀ ਫਿਰ ਕੇ ਜਾਊਂਗਾ ਤਾਂ ਮੇਰੇ ਤੋਂ ਵੱਡਾ ਟੂਰਿਸਟ ਕਿਹੜਾ ਹੋਊ ਦੈਟਸ ਵਾਈ ਆਈ ਮੇਡ ਮਾਈ ਮਾਈਂਡ ਵੀ ਮੈਂ ਸਾਈਕਲ 'ਤੇ ਜਾਊਂਗਾ 100 ਕਿਲੋਮੀਟਰ ਕਰਨਾ ਰੋਜ਼ ਦਾ ਮੇਰਾ ਟੀਚਾ ਸੀ ਕਿ ਮੈਂ ਇੰਨਾ ਕਰਿਆ ਕਰੂੰ ਜਿੱਦਣ ਮੈਂ ਥੱਕਿਆ ਹੁੰਦਾ ਸੀ ਮੈਂ ਥੋੜ੍ਹਾ ਕਰਦਾ ਸੀ ਜਿੱਦਣ ਮੈਂ ਠੀਕ ਸੀ ਕਿ ਮੈਂ 100 ਵੀ ਕਰ ਲੈਂਦਾ ਸੀ ਕਈ ਵਾਰੀ 105-10 ਵੀ ਮੈਂ ਕੀਤਾ ਮੈਂ ਹਾਈਐਸਟ 120 ਕੀਤਾ ਸੀ ਇੱਕਦਮ ਬਸ ਸਰ ਇਸ ਐਕਸਪੀਰੀਅੰਸ ਬਾਰੇ ਦੱਸੋ ਕਿ ਤੁਹਾਨੂੰ ਕਿੱਦਾਂ ਦਾ ਐਕਸਪੀਰੀਅੰਸ ਲੱਗਿਆ ਸਾਈਕਲ 'ਤੇ ਇਹ ਮੇਰੀ ਜ਼ਿੰਦਗੀ ਦਾ ਇਸ ਵੇਲੇ ਤੱਕ ਦਾ ਸਭ ਤੋਂ ਵੱਡਾ ਐਕਸਪੀਰੀਅੰਸ ਆ ਬਹੁਤ ਕੁਛ ਸਿੱਖਿਆ ਮੈਂ ਰਸਤੇ 'ਚ ਬੜੇ ਕੰਟਰੀ ਆਏ ਬੜੀ ਇਹਨਾਂ ਦੀ ਲੈਂਗੁਏਜਸ ਦਾ ਸਾਹਮਣਾ ਕਰਨਾ ਪਿਆ ਕਲਚਰ ਬੜੇ ਨੰਗੇ ਫੂਡ ਹਰ ਤਰ੍ਹਾਂ ਦਾ ਵਿੱਚ ਚੇਂਜ ਹੋ ਜਾਂਦਾ ਸੀ ਹਰ ਕੰਟਰੀ ਦਾ ਜਾ ਕੇ ਪਹਿਰਾਵਾ ਚੇਂਜ ਹੋ ਜਾਂਦਾ ਸੀ ਆਈ ਇੰਜੋਇਡ ਮੈਨੂੰ ਮੇਰੀ ਲਾਈਫ ਦਾ ਬਹੁਤ ਵੱਡਾ ਐਕਸਪੀਰੀਅੰਸ ਆ ਇਹ ਬੜਾ ਕੁਝ ਮੈਂ ਸਿੱਖਿਆ ਅਤੇ ਬੜਾ ਕੁਝ ਵੇਖਿਆ ਬੜੀ ਅਮੀਰੀ ਵੀ ਦੇਖੀ ਰਾਹ ਦੇ ਵਿੱਚ ਹਰ ਮੁਖਲ ਦੇ ਵਿੱਚ ਬੜੀ ਗਰੀਬੀ ਵੀ ਦੇਖੀ ਹਾਂਜੀ ਅਤੇ ਜਿੱਥੋਂ ਤੱਕ ਜੇ ਤੁਸੀਂ ਮੈਨੂੰ ਇਹ ਪੁੱਛੋ ਅਤੇ ਜਿਹੜੇ
जर्मन के लोग सी ना उन्होंने मेरी सब तो ज्यादा हेल्प की, इटली के लोगों ने भी हेल्प की। पर हाँ एक गल मैं दसा तुम, एक लाइफ का सब तो वड्डा जड़ा मैनू खजाना मिले, एक एक्सपीरियंस मिले, एक चंगी सच्ची गल मिली, वो ये कि दुनिया का जड़ा हर एक जट है ना फार्मर है जड़ा जड़ा खेती करता उसका दिल बहुत वड्डा, इस तो वड्डा दिल दुनिया के किसी होर का नहीं हो सकता जिन्ना वड्डा दिल एक जट का आ, जट का भाव एक फार्मर का आ। किसी मुल्क चले जाओ अज भी उसका खुला दिल है। सो 80% मैं रस्ते चढ़िया रात कटिया वो जटा को ही कटिया, इन्ने वधिया बंदे सी, मैनू रात रखते भी सी फ्री, सवेरे रोटी खवा के ब्रेकफास्ट खवा के मेरा लंच नाल बन के देंदे सी। ते कई बुजुर्ग इदां दे सी जिहड़े मैनू शाबाशे देंदिया देंदिया नाल पैसे भी देंदे सी। ते हैरानी की गल है कि जदों मैं काबल दे तुरिया सी मेरे कोल 42 pounds सी, ठीक है जी, ते जदों मैं इंग्लैंड पहुंचा 6.5 months बाद मेरे को 58 pounds सी। परमात्मा ने सब तो वड्डी मेरी ये हेल्प की थी कि मैं राज बीमार नहीं होया, राज मेरा साइकिल एक बार खराब होया बस, वो भी एक पिंड दे जट दे मैनू इन ठीक करके दिता। जोगिंदर सिंह जी जिदा तुसी दो किताबा भी लिखिया, हाँ जी, एक ता सी मैसेज टू अमेरिका, मैसेज टू अमेरिका जी बिल्कुल, उस बारे सारे दर्शकों नु दसो। मैसेज टू अमेरिका जेडी मैं असल च राइटर ता नहीं है ते ना ही मैं बहुत पढ़े लिखे, पर परमात्मा वालों जिहड़ियां गल्लां दिमाग च आउंदियां सी ना वो जद मैं लोगों नाल सांझियां करदा सी ते सारे लोग एक मैनू तकरीबन कहिंदे हुंदे सी वी तेरे विचार वक्खरे ने इन्हां नू लिख के रखिया कर। 7-8 साल लंघ गए जदों मैनू हर एक बंदा इदां कहिण लग गया फिर मैं लिखण लग गया, लिखदा 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 वो विचार एक कापी बनता। फिर मैनू ये नहीं सी पता कि मैं इहनू पब्लिश किदा करावा, फिर मेरी इंग्लिश तो इन्नी ठीक है नहीं सी, फिर मैं वो किसी प्रोफेसर को किसी यूनिवर्सिटी स्टूडेंट को उन्होंने को ठीक करवा के फिर फाइनल करके, तो कुछ लोगों ने मेरी हेल्प की भी पब्लिशर लभना कि वो लब के उन्होंने पब्लिश कर दी। जी मैं हम दूसरी बुक पब्लिश करवा रहा ना फिर उत्थे गल आती है भी मैं इन्ना पढ़िया लिखा नहीं, पर यदा नाम है ड्रीम्स ऑफ पीस, इस करके लिखा भी ये मेरे रियल ड्रीम ने, ड्रीम्स ऑफ पीस। तो मैनू तकरीबन तकरीबन जदों भी ये ड्रीम आने शुरू हुए से उदों मेरे ख्याल किसी मुल्क के उत्ते जब मैं पहले कनेडा गया 72 उदों किसी मुल्क के नाल कोई लड़ाई चल रही थी, उदा ने सीन मैं कभी पहले देखे नहीं सी जिदा उस लड़ाई मैं टीवी देखे कनेडा जाके, उन्होंने मैं ड्रीम आते रहा करने हौली हौली इदा आने लग पाई इन्होंने किदा ठीक किया जा सकता इदा कर करके कर करके ना। तो फिर मेरे हूँ तो ये तो देख लो भी उदों के ड्रीम इन्ने आए आ रियल ड्रीम ने, उदा मैं लिखने जोगा नहीं भी वह मैं ड्रीम ही लिखन लग गया। अच्छा जी, तो उन्होंने ड्रीम्स सारे इकट्ठा करके तभी मैं नाम रखा ड्रीम्स ऑफ पीस। तो वह हूँ मैं जी बुक है अपनी हम पब्लिश करा रहा जेडे कि मेरी लाइफ के रात के रियल ड्रीम ने दिन दे नहीं। तो मैं जो अपनी कापी के पेंसिल सरहाने रखी होंगी आ तो वाइफ मैंने एक दिन पुछते भी तुम एडे वे राइटर तो है नहीं की लिखते रात को उठ के, हाँ जी, तो मैं फिर जो भी उदा गल बनती जा सवेरे उठ के जा राती उठ के मैं ड्रीम लिखी जाना हूँ इन्ने हो गए आ कि मैं उन्हें बुक बना सका। जोगिंदर सिंह जी तुम गल की थी कि तुम एक न्यू मूवी बना रहे हो गिला, हाँ जी, उस बारे सारे दर्शकों को थोड़ा जा दसो। हाँ जी, गिला मूवी असी इसे करके बनाने लगे हाँ कि वन डे फिल्म ने सानू बड़ा प्रभावित किया, बड़ा हौसला दिता सानू जी, हाँ जी। सो गिला एक NRI की स्टोरी है जिदा तुहानू भी पता है सारी दुनिया नू पता भी जिन्ना क हार्डवर्क NRI ने कर करके पंजाब दे विच अपनी कमाई भेजी है ना, मेरे हिसाब नाल अज भी जे पंजाब साह लै रहा तो NRI दा करके लै रहा। वो बंदे जिन्हां नू इतों के लोगों ने इतों की गौरमेंट ने NRI का नाँ देता मीनस इतों के बछिंदे मनों ही मुकर गए नॉन रेजिडेंस, सानू इन्होंने इतों के नॉन रेजिडेंस कहता तुसी इतों के बछिंदे ही नहीं, ये बड़ा वड्डा गिला साढ़े को। तो जदों असीं इत्थे आउने आ फिर भी सारयां दे बजाए हाथ इदां होण जफ्फी पाउण वास्ते
ਪੰਜਾਬੀ 'ਚ ਮੈਂ ਕਹਾਂ ਕਿ ਉਹਨਾਂ ਦੇ ਲੋਕਾਂ ਦੇ ਮੂੰਹ ਹੀ ਅੱਡੇ ਹੁੰਦੇ ਕਿ ਪਤਾ ਨਹੀਂ ਇਹਦਾ ਕੀ ਕੀ ਹੜੱਪ ਕਰ ਲਈ ਅਸੀਂ। ਤਕਰੀਬਨ ਤਕਰੀਬਨ ਆਈ ਵਿਲ ਸੇ ਕਿ 98% ਲੋਕਾਂ ਦੀਆਂ ਪ੍ਰੋਪਰਟੀਆਂ ਦੱਬੀਆਂ ਗਈ, ਉਹਨਾਂ ਦੇ ਹੱਕ ਮਾਰੇ ਗਏ ਕਿਉਂਕਿ ਅਸੀਂ NRI ਹੋ ਗਏ। ਇੱਥੋਂ ਦੇ ਬਸ਼ਿੰਦੇ ਤੁਸੀਂ ਲੋਕ ਸਾਨੂੰ ਮੰਨਣੇ ਮੁੱਕਰ ਗਏ। ਅਸੀਂ ਕਮਾਈਆਂ ਕਰਦੇ ਕਰਕੇ ਕਾਹਦੇ ਮੁੜੇ, ਸਾਨੂੰ ਆਉਂਦਿਆਂ ਨੂੰ ਤੁਸੀਂ ਆਪਣੇ ਹੀ ਨਹੀਂ ਆਖਿਆ। ਇਹ ਗਿਲਾ ਹੈ, ਇਹ ਗਿਲਾ ਅਸੀਂ ਕਰ ਰਹੇ ਹਾਂ ਪੰਜਾਬ ਦੇ ਲੋਕਾਂ ਨਾਲ, ਪੰਜਾਬ ਦੇ ਲੀਡਰਾਂ ਨਾਲ ਅਤੇ ਪੰਜਾਬ ਦੇ ਸਿਸਟਮ ਨਾਲ। ਇਹ ਇਸ ਬੇਸ 'ਤੇ ਇਹ ਫਿਲਮ ਹੈ ਗਿਲਾ। ਜੋਗਿੰਦਰ ਸਿੰਘ ਜੀ, ਜਿੱਦਾਂ ਤੁਸੀਂ ਇੱਕ ਸ਼ਾਰਟ ਮੂਵੀਜ਼ ਦਾ ਟ੍ਰੈਂਡ ਸ਼ੁਰੂ ਕੀਤਾ, ਤੁਹਾਨੂੰ ਕੀ ਲੱਗਦਾ ਕਿ ਇੰਡੀਅਨ ਪੰਜਾਬੀ ਇੰਡਸਟਰੀ ਵਿੱਚ, ਪੰਜਾਬੀ ਮੂਵੀ ਇੰਡਸਟਰੀ ਵਿੱਚ ਇਹਦਾ ਕਿੰਨਾ ਕੁ ਸਕੋਪ ਹੈਗਾ? ਫਿਲਮ ਇੰਡਸਟਰੀ 'ਚ ਜੇ ਆਪਾਂ ਦੇਖੀਏ, ਜੇ ਆਪਾਂ ਇੰਟਰਟੇਨਮੈਂਟ ਵਾਸਤੇ ਦੇਖੀਏ, ਜੇ ਆਪਾਂ ਪੜ੍ਹਦੇ ਵਾਸਤੇ ਦੇਖੀਏ, ਫਿਰ ਇਹਦਾ ਇੰਨਾ ਲੰਮਾ ਚੌੜਾ ਸਕੋਪ ਨਹੀਂ। ਠੀਕ ਹੈ ਜੀ। ਪਰ ਜਿਹੜਾ ਇੰਪੈਕਟ ਇਹ ਸ਼ਾਰਟ ਫਿਲਮਾਂ ਛੱਡ ਕੇ ਜਾਂਦੀਆਂ ਨੇ ਨਾ, ਮੇਰੇ ਖਿਆਲ ਵਿੱਚ ਕੋਈ ਵੀ ਵੱਡੀ ਫਿਲਮ ਇੱਦਾਂ ਦਾ ਇੰਪੈਕਟ ਨਹੀਂ ਛੱਡ ਕੇ ਜਾਂਦੀ ਜਿੱਦਾਂ ਦਾ ਇੰਪੈਕਟ ਇਹ ਸਿਰਫ ਇੱਕ 10 ਮਿੰਟ ਦੀ ਮੂਵੀ ਛੱਡ ਜਾਂਦੀ ਆ, ਉਹ 3 ਘੰਟੇ ਦੀ ਮੂਵੀ ਨਹੀਂ ਛੱਡਦੀ। ਇਹ ਜਿੰਨੀਆਂ ਵੀ ਲੋਕਾਂ ਨੇ ਦੇਖੀ ਹੈ, ਭਾਵੇਂ ਇੰਡੀਆ 'ਚ ਦੇਖੀ ਹੈ, ਭਾਵੇਂ ਕੈਨੇਡਾ ਅਮਰੀਕਾ 'ਚ ਦੇਖੀ ਆ, ਮੇਰੇ ਖਿਆਲ 'ਚ ਹਰ ਇੱਕ ਬੰਦੇ ਨੇ ਪੋਜ਼ੀਟਿਵ ਰਿਸਪੋਂਸ ਦਿੱਤਾ। ਕਿਸੇ ਇੱਕ ਸਿੰਗਲ ਬੰਦੇ ਦਾ ਸਾਨੂੰ ਨੈਗੇਟਿਵ ਰਿਸਪੋਂਸ ਨਹੀਂ ਆਇਆ। ਸੋ ਮੈਂ ਇਹ ਕਹੂੰਗਾ ਸਾਰਿਆਂ ਨੂੰ ਕਿ ਵਨ ਡੇ ਪੰਜਾਬੀ ਸ਼ਾਰਟ ਫਿਲਮ ਤੁਸੀਂ ਜ਼ਰੂਰ ਯੂਟਿਊਬ 'ਤੇ ਜਾ ਕੇ ਦੇਖੋ। ਬਿਲਕੁਲ ਜੀ। ਜੋਗਿੰਦਰ ਸਿੰਘ ਜੀ, ਜੇ ਗੱਲ ਕਰੀਏ ਤੁਹਾਡੇ ਫਿਊਚਰ ਪਲਾਨਸ ਦੀ, ਤੁਸੀਂ ਕੀ ਪਲਾਨ ਕੀਤਾ ਕਿ ਅੱਗੇ ਤੁਸੀਂ ਕੀ ਕਰਨਾ, ਕੀ ਪ੍ਰੋਜੈਕਟਸ ਨੇ ਤੁਹਾਡੇ? ਸਭ ਤੋਂ ਪਹਿਲੀ ਪਲਾਨ 'ਚ ਮੇਰੀ ਇਹ ਹੋਈ ਹੈ ਵੀ ਮੈਂ ਇੱਦਾਂ ਦੀਆਂ ਹੋਰ ਸ਼ਾਰਟ ਫਿਲਮਾਂ ਬਣਾਵਾਂ ਜਿਹੜੀਆਂ ਇੱਕ ਤਾਂ ਵੱਡੀ 3 ਘੰਟੇ ਦੀ ਫਿਲਮ ਦੇਖ ਕੇ ਬਾਅਦ 'ਚ ਪਤਾ ਨਹੀਂ ਕਿਹਦੇ ਦਿਲ 'ਤੇ ਕੋਈ ਅਸਰ ਹੋਣਾ ਕਿ ਨਹੀਂ ਹੋਣਾ, ਪਰ 10 ਮਿੰਟੇ ਨੇ ਵੱਡੇ ਨਹੀਂ। 10 ਮਿੰਟਾਂ 'ਚ ਮੂਵੀ ਦੇਖ ਕੇ ਤੁਸੀਂ ਉਸੇ ਵੇਲੇ ਫੈਸਲਾ ਕਰ ਸਕਦੇ ਆ ਵੀ ਯਾਰ ਮੇਰੇ ਮਨ 'ਤੇ ਇਹਦਾ ਕੋਈ ਅਸਰ ਹੋਇਆ ਕਿ ਨਹੀਂ ਹੋਇਆ। ਹਾਂਜੀ, ਪਰ ਮੈਂ ਮੇਰਾ ਪਲੈਨ, ਪਹਿਲਾ ਪਲੈਨ ਤਾਂ ਇਹ ਆ ਵੀ ਮੈਂ ਜਿੰਨੀਆਂ ਵੀ ਇੱਦਾਂ ਦੇ ਹੀ ਜਿਹੜੇ ਸਬਜੈਕਟ ਲੈ ਕੇ ਹੋਰ ਮੂਵੀ ਬਣਾਵਾਂ। ਅਤੇ ਹੋਰ ਮੇਰਾ ਅਗਲਾ ਪਲੈਨ ਜਿਹੜਾ ਮੇਰਾ ਪਰਸਨਲ ਆ ਉਹ ਇਹ ਆ ਵੀ ਮੈਂ ਅਗਲੇ ਸਾਲ 70 ਦੇ ਹੋ ਜਾਣਾ ਅਤੇ ਮੈਂ ਅਗਲੇ ਸਾਲ ਇਹ ਪ੍ਰੋਗਰਾਮ ਕਰ ਰਿਹਾ, ਸਪੋਂਸਰਸ਼ਿਪ ਲੱਭ ਰਿਹਾ ਵੀ ਮੈਂ ਅਰਾਊਂਡ ਦਾ ਗਲੋਬ ਸਾਈਕਲ 'ਤੇ ਜਾਣਾ। ਐਂਡ ਇਹ ਮੇਰੇ ਲਾਈਫ ਦਾ ਸਭ ਤੋਂ ਵੱਡਾ ਪ੍ਰੋਜੈਕਟ ਹੋਊਗਾ। ਬਿਲਕੁਲ ਜੀ, ਇਹ ਤਾਂ ਆਈ ਗੈਸ ਹਰ ਇੱਕ ਦੀ ਲਾਈਫ ਦਾ ਸਭ ਤੋਂ ਵੱਡਾ, ਮੇਰੇ ਖਿਆਲ ਦੇ ਵਿੱਚ ਪਰਮਾਤਮਾ ਨੇ ਮੈਨੂੰ ਉਹਦੀ ਬਰਕਤ, ਵਾਹਿਗੁਰੂ ਦੀ ਬੜੀ ਰਹਿਮਤ ਆ ਕਿ ਮੈਨੂੰ ਫਿਜ਼ੀਕਲ ਫਿਟਨੈਸ ਬਖਸ਼ੀ ਆ, ਨਾਲ ਹੌਸਲਾ ਬਖਸ਼ਿਆ ਆ, ਅਤੇ ਜੇ ਕਿਤੇ ਪਰਮਾਤਮਾ ਮੈਨੂੰ ਸਪੋਂਸਰਸ਼ਿਪ ਬਖਸ਼ ਦੇਵੇ ਤਾਂ ਮੈਂ ਇਹ ਪ੍ਰੋਜੈਕਟ ਬਹੁਤ ਪੂਰਾ ਕਰੂੰਗਾ। ਸਰ, ਸਾਡੀਆਂ ਬੈਸਟ ਵਿਸ਼ਸ ਤੁਹਾਡੇ ਨਾਲ ਨੇ ਤੁਹਾਡੇ ਫਿਊਚਰ ਪ੍ਰੋਜੈਕਟਸ ਲਈ। ਥੈਂਕ ਯੂ ਜੀ, ਥੈਂਕ ਯੂ। ਸਰ, ਸਾਰੇ ਦਰਸ਼ਕਾਂ ਲਈ ਕੋਈ ਮੈਸੇਜ? ਮੈਸੇਜ ਇਹ ਹੋਈ ਆ ਵੀ ਜੋ ਕੁਛ ਤੁਸੀਂ ਕਰਨਾ ਚਾਹੁੰਦੇ ਆ ਉਹਨੂੰ ਕਰੋ, ਤੁਸੀਂ ਕਰ ਸਕਦੇ ਆ, ਇਹ ਨਹੀਂ ਵੀ ਤੁਸੀਂ ਨਹੀਂ ਕਰ ਸਕਦੇ, ਕਰ ਸਕਦੇ ਆ। ਕਈ ਵਾਰੀ ਕਈ ਕੰਮ ਔਖੇ ਹੁੰਦੇ ਆ, ਕਈ ਸੌਖੇ ਹੁੰਦੇ ਆ, ਹਾਂਜੀ, ਪਰ ਉਹਨਾਂ ਨੂੰ ਕਰੋ। ਜੇ ਸਾਡਾ ਧਿਆਨ 100% ਅਸੀਂ ਉੱਦਾਂ ਦਿੰਦੇ ਹਾਂ ਜੋ ਅਸੀਂ ਕਰਨਾ ਚਾਹੁੰਦੇ ਹਾਂ ਤਾਂ ਅਸੀਂ ਜ਼ਰੂਰ ਕਰਾਂਗੇ। ਸੋ ਇਸ ਕਰਕੇ ਡਿਸਕਰਜ ਹੋਣ ਦੀ ਲੋੜ ਨਹੀਂ, ਦੁਨੀਆ ਬੜੀ ਵਾਰੀ ਡਿਸਕਰਜ ਕਰਦੀ ਆ, ਇਨਕਰਜ ਕਰਨ ਵਾਲੇ ਲੋਕ ਘੱਟ ਹੁੰਦੇ ਆ, ਪਰ ਜਿਹੜੀ ਇਨਕਰੇਜਮੈਂਟ ਤੁਸੀਂ ਆਪਣੇ ਆਪ ਨੂੰ ਕਰ ਲੈਣੀ ਆ ਉਸ ਤੋਂ ਵੱਡੀ ਇਨਕਰੇਜਮੈਂਟ ਕੋਈ ਨਹੀਂ। ਜੋਗਿੰਦਰ ਸਿੰਘ ਜੀ, ਹੁਣ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਅਤੇ ਮੈਨੂੰ ਤੁਹਾਡੇ ਕੋਲੋਂ ਅਤੇ ਆਪਣੇ ਦਰਸ਼ਕਾਂ ਕੋਲੋਂ ਇਜਾਜ਼ਤ ਲੈਣੀ ਪੈਣੀ ਹੈ ਅਤੇ ਦਰਸ਼ਕੋ ਇਸੇ ਦੇ ਨਾਲ ਸਾਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।